किन्ने राज खिलारी आ, अकल मौत है नहीं लोगों नू। ਮੈਂ ਇਹ ਥਾਣੇ ਕਚਹਿਰੀਆਂ ਨਾ ਵੇਖੇ ਜੋ ਸਮਝਿਆ ਨਾ, ਥਾਣੇ ਕਚਹਿਰੀਆਂ 'ਚ ਕੀ ਸਮੋਸੇ ਵੇਚਦਾ, ਫਰੂਟ ਚਾਟ ਵੇਚਦਾ? ਉਹ ਜ਼ਿਮੀਦਾਰਾਂ ਦੇ ਬੱਚੇ ਆ ਅਸੀਂ, ਚੋਰਾਂ ਦੇ ਟਰੈਕਟਰ ਦੇ ਸਾਰੇ ਚੋਰੀ ਦੇ, ਚੋਰੀ ਦੇ ਨਹੀਂ ਗੇ, ਚੋਰੀ ਦੇ ਆ ਅਸੀਂ, ਚੋਰੀ ਦੇ ਮਿਹਨਤਾਂ ਕੀਤੀਆਂ ਵਾ, ਕਣਕ ਵੇਚੀ ਆ ਕਿਸੇ ਦੀ ਚੁੱਕੇ। ਅਸਲਾਮ ਵਾਲੀਕਮ ਜੀ, ਮੈਂ ਆ ਜੀ ਗੋਗਾ ਪਸਰੂਰੀ, ਤੇ ਮੈਂ ਚਾਂਦਲ ਵੇਲਾ, ਤੇ ਅੱਜ ਚਾਂਦ ਤੇਰੇ ਕੋਲ ਕੀ ਹੈ? ਕੁਛ ਵੀ ਨਹੀਂ, ਮੈਂ ਵੇਲਾ ਵਾਂ। ਉਹ ਮੈਂ ਕੋਈ ਪੈਸਾ ਨਹੀਂ ਪੁੱਛਣ ਡਿਆ, ਚਾਂ ਉਹ ਕੱਢ ਪਿੱਛੋਂ ਕੀ ਹੈ? ਅੱਛਾ, ਵੁੱਡ ਵੈਕਸ ਸ਼ਾਈਨਰ। ਇਹ ਕੀ ਕੰਮ ਆਉਂਦਾ ਜੀ? ਕਹਿੰਦੇ ਨੇ ਜਿੱਥੇ ਜਿਲਦ ਖਰਾਬ ਹੋਏ ਨਾ ਉੱਥੇ ਲਾਓ, ਤੁਹਾਡੀ ਜਿੱਤ ਬਿਲਕੁਲ ਸਹੀ ਹੋਏ। ਤੁਹਾਡੀ ਤਾਂ ਫਿਰ ਲਾਉਣ ਜਗ੍ਹਾ ਹੀ ਕਿੱਥੇ, ਜਿਹੜੀ ਲਾਈ ਹੈ ਸਾਰੇ ਖਰਾਬ ਹੈ। ਬੇਹਤਰੀਨ ਕਰਕੇ ਸੁਬਹ ਮੂੰਹ ਧੋ ਲੋ ਤੇ ਬੇਹਤਰੀਨ ਤੁਹਾਡਾ ਚਿਹਰਾ ਹੋ ਜਾਏਗਾ। ਮੇਰਾ ਵੀ ਹੋ ਜੂ ਕਿ ਨਹੀਂ? ਨਹੀਂ ਨਹੀਂ, ਤੁਸੀਂ ਤਲਾਕ ਸੋਹਣੀ ਸੁਬਹ ਉੱਠ ਕੇ ਬੀਵੀ ਨੂੰ ਪੁੱਛਣਾ ਤੁਸੀਂ ਕੌਣ? ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ, ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ, ਹੋਏ ਨੂੰ ਵੇਖਦੇ ਸਮੁੰਦਰ। ਅਲਬੇਲਾ ਟੀਵੀ, ਅਲਬੇਲਾ ਟੀਵੀ, ਵੇਖੋ ਜੀ, ਵੇਖੋ ਜੀ, ਵੇਖੋ ਜੀ, ਗਰਾਂ ਹੋਵੇ ਤੂੰ ਤਾਂ ਦੀ ਛਾਂ ਹੋਵੇ, ਵਣ ਦੀ ਮੰਜੀ ਹੋਵੇ, ਸਿਰ ਥੱਲੇ ਬਾਂ ਹੋਵੇ। ਕਿੰਨੇ ਰਾਜ ਖਿਲਾਰੀ ਆ, ਅਕਲ ਮੌਤ ਹੈ ਨਹੀਂ ਲੋਕਾਂ ਨੂੰ। ਆਪਣਾ ਗਰਾਂ ਹੋਵੇ, ਓਏ ਖਲੋ ਗੋਗੇ, ਉਹ ਕੀ ਗਾ, ਕੌਣ ਆ? ਖਲੋ ਯਾਰਾ, ਕੀ ਗੱਲ ਆ? ਉਹ ਕਿਉਂ ਡੰਡਿਆ ਮਾਰਨ ਪਿੱਛੋਂ ਡੰਗਰਾਂ ਨੂੰ? ਅਸੀਂ ਪੱਠੇ ਪਾਉਣੇ ਆ। ਪੱਠੇ ਪਾਉਣੇ ਤੇ ਆ ਮਾਂ ਨੂੰ ਕਿਉਂ ਸੁੱਟਿਆ ਈ? ਉਹ ਯਾਰ ਗੱਲ ਕਰ। ਨਹੀਂ ਆ ਤੇਰੀ ਅੰਨਾ ਹੋਇਆ, ਤੈਨੂੰ ਆ ਮੋਟਰਸਾਈਕਲ ਨੂੰ ਕਿਉਂ ਸੁੱਟਿਆ ਈ? ਖਲੋ ਜਾ ਵੀ, ਮੈਂ ਤੇਰੇ ਨਾਲ ਜਿਹੜਾ ਦੋ ਕੀ ਗੱਲ ਹੋਈ ਆ? ਤੇ ਆ ਕੀ ਕੀਤਾ ਈ ਯਾਰ? ਤੁਸੀਂ ਲਾਂਬੇ ਖਿਲਾਰੋ ਹੈ, ਤੁਸੀਂ ਸੜਕ 'ਚ ਖਿਲਾਰਿਆ ਤੇ ਲਾਂਬੇ ਮੈਂ ਸੈਂਟਰ 'ਚ ਖਿਲਾਰੀ ਆ। ਹੋਰ ਸੈਂਟਰ 'ਚ ਸੀ ਪਰ ਲੱਗਣ ਲੱਗਾ ਤੇ ਲੱਗ ਗਈ ਮਾਸਾ, ਕੀ ਹੋ ਗਿਆ? ਉੱਦਾਂ ਹੀ ਤੇਰੀਆਂ ਅੱਖਾਂ ਅੱਗੇ ਨਾ ਚਰਬੀ ਆਈ ਆ। ਚਰਬੀ ਆਉਣੀ ਆ, ਅਸੀਂ ਕਿਸੇ ਕੋਲ ਲੈ ਕੇ ਨਹੀਂ ਖਾਂਦੇ। ਤੇ ਅਸੀਂ ਖਾਂਦੇ ਹਾਂ ਕਿਸੇ ਕੋਲ ਲੈ ਕੇ? ਤੇ ਉਹਨਾਂ ਨੂੰ ਸਾਨੂੰ ਕਿਸੇ ਲਾਂਬੇ ਖਿਲਾਰੋ, ਡੇਰੇ ਖਿਲਾਰ ਦਿਓ, ਤੁਸੀਂ ਰਾਜ ਖਿਲਾਰੀ। ਡੇਰੇ ਖਿਲਾਵਾਂ ਮੈਂ ਹੁਣ ਉੱਥੇ ਪੱਠੇ ਵੱਢਣ ਦਿੰਦਾ, ਮੈਂ ਡੇਰੇ ਖਿਲਾਰ ਦਿਆਂ? ਮੈਂ ਦਾਤਰੀ ਮਾਰ ਕੇ ਤਾਂ ਸ਼ਾਰਕ ਵੱਢ ਦਿੰਦਾ ਹੁੰਦਾ। ਉਹ ਐਡੀਆਂ ਸੌਖੀਆਂ ਨਹੀਂ ਸ਼ਾਰਕ ਵੱਢਣੀਆਂ, ਛੀਮਿਆ ਮੁੜ ਜਾ, ਇਹ ਗੱਲ ਮਹਿੰਗੀ ਪੈਣੀ ਆ ਤੈਨੂੰ। ਮਹਿੰਗੀ ਤੈਨੂੰ ਪੈਣੀ ਆ? ਆਹੋ। ਚੱਲ ਉਹਨੂੰ ਸਿੱਧੀ ਕਰ। ਉਹ ਕਿਹਦੇ ਕੋਲ ਸਿੱਧੀ ਕਰਾਉਣੀ ਆ? ਉਹਨੂੰ ਸਿੱਧੀ ਕਰ ਮੋਟਰਸਾਈਕਲ। ਮੈਂ ਨਹੀਂ ਉਹ ਕਰਦਾ, ਸਾਡਾ ਤਾਂ ਡੰਗਰਾਂ ਦੇ ਪੱਠਿਆਂ ਦਾ ਟਾਈਮ ਹੋਇਆ, ਮੈਂ ਚੱਲਾ ਹੀ ਪਾਉਣ। ਨਹੀਂ ਤਾਂ ਉਹਨੂੰ ਕਿਉਂ ਸੁੱਟਿਆ ਹੀ ਫਿਰ? ਹੈਂ, ਉਹਨੂੰ ਚੌਂਕ 'ਚ ਖਿਲਾਰਿਆ, ਤੁਹਾਨੂੰ ਨਹੀਂ ਪਤਾ ਅਸੀਂ ਡੰਗਰ ਰੋਜ਼ ਇਸ ਵੇਲੇ ਪੱਠੇ ਲੈ ਕੇ ਜਾਂਦੇ ਹਾਂ। ਅਤੇ ਮੈਂ ਵੀ ਰੋਜ਼ ਇਸ ਵੇਲੇ ਇੱਥੇ ਪੱਠੇ ਵੱਢਣ ਆਉਂਦਾ, ਤੈਨੂੰ ਨਹੀਂ ਪਤਾ? ਕਿ ਵੱਢ ਆਪਣੀ ਪੈਲੀ 'ਚ ਵੱਢਣੀ, ਔਰ ਸਾਡੇ ਪੱਠਿਆਂ ਨੂੰ ਲਾ ਹੱਥ, ਲਾ ਮੈਂ ਤੈਨੂੰ ਵੇਹਨਾ ਆ। ਤੂੰ ਆ ਰੇਹੜੀ ਲੈ ਕੇ ਜਾ ਫਿਰ, ਮੈਂ ਤੈਨੂੰ ਵੇਹਨਾ। ਉਹ ਮੈਨੂੰ ਡੱਕੇ ਕਿਹੜਾ ਡੱਕਦਾ ਆ? ਅੱਜ ਤੇਰੇ ਡੰਗਰ ਭੁੱਖੇ ਹੀ ਰਹਿਣਗੇ। ਯਾ ਛੀਮਿਆ, ਤੈਨੂੰ ਮਹਿੰਗਾ ਪੈਣਾ ਹੀ ਜੇ ਡੰਗਰ ਨੂੰ ਹੱਥ ਨਾ ਲਾਈ। ਚਾਹ ਛੱਡ ਦੇ। ਕੀ ਛੱਡ ਦੇ? ਮੈਂ ਨਾ ਵਾ ਗੱਲ ਵੱਧ ਜਾਣੀ, ਉਹ ਛੱਡ ਦੇ ਇੱਥੇ। ਨਵੀਂ ਮੋਟਰਸਾਈਕਲ ਸੁੱਟਤੀ ਤੂੰ? ਮੈਂ ਵੇਹਨਾ ਜਿਹੜੀ ਆ ਨਵੀਂ ਆ। ਹਾਂ, ਪਿੱਛੇ ਹੋ ਕੇ ਖਲੋ। ਉੱਦਾਂ ਹੀ ਨਾ ਕਿਸੇ ਦੀ ਚੀਜ਼ ਤੁਹਾਡੇ ਕੋਲ ਜਰੀ ਨਹੀਂ ਜਾਂਦੀ। ਜਰੀ ਨਹੀਂ ਜਾਂਦੀ ਬੜਾ ਤੂੰ ਕਿਤੇ। ਮੋੜ ਇੱਧਰ ਰੇਹੜੀ। ਉਹ ਕਿਉਂ ਮੋੜਾਂ, ਕਿਉਂ ਮੋੜਾਂ ਰੇਹੜੀ? ਤੁਸੀਂ ਵਿੱਚ ਪਏ ਦੇ ਖੜੀ ਕੀਤੀ ਆ ਰੇਹੜੀ। ਪਰੇ
ਬੜੇ ਦਿਨਾਂ ਤੋਂ ਮੈਨੂੰ ਖੁੜਕਣ ਦਿਆ ਅਸਾਂ ਕੋਈ ਨਾ ਛੀਮਿਆ ਮੁੜ ਗਿਆ ਮੈਂ ਕਹਿੰਦਾ ਮੁੜ ਜਾ ਚੜਾਉਣਾ ਤੂੰ ਪਿੰਡ 'ਚ ਕੋਈ ਕੰਮ ਚੜਾਉਣਾ ਅੱਗੇ ਅਸੀਂ ਨਾ ਦੁਸ਼ਮਣੀਆਂ ਤੋਂ ਮਸਾਂ ਹੀ ਡੱਕੇ ਗਏ ਹਾਂ ਦੁਸ਼ਮਣੀਆਂ ਸਮਝਦਾ ਹਾਂ ਇਹ ਗੱਲ ਕਰੇਗਾ ਫਿਰ ਨਸਲਾਂ ਤੱਕ ਚੱਲਣੀਆਂ ਹੀ ਦੁਸ਼ਮਣੀਆਂ ਨਸਲਾਂ ਤੱਕ ਕਿਹੜੀਆਂ ਚੱਲਣੀਆਂ ਮੈਂ ਇਕੱਲਾ ਹੀ ਹਾਂ ਅੱਗੋਂ ਅੱਗੋਂ ਵਿਆਹ ਨਹੀਂ ਕਰਨਾ ਬੱਚੇ ਨਹੀਂ ਹੋਣੇ ਤੇਰੇ ਇਹ ਤੂੰ ਆਪਣੀ ਗੱਡੀ ਤੁਸੀਂ ਲਾਂਭੇ ਖੜੀ ਕਰੋ ਆਪਣੇ ਉੱਥੇ ਜਿੱਥੇ ਪੱਠੇ ਵੱਢਣ ਡਿਆ ਤੂੰ ਉਹ ਨੁਕਸਾਨ ਭਰਨਾ ਉਹ ਨੁਕਸਾਨ ਕਿਹੜਾ ਹੋ ਗਿਆ ਜਿੱਦਣ ਉਹਦੇ ਨਵੇਂ ਸ਼ੀਸ਼ੇ ਟੁੱਟ ਗਏ ਆ ਅੱਗੇ ਵੀ 2-3 ਵਾਰੀ ਇੰਜੀ ਹੋਇਆ ਤੇ ਅੱਜ ਮੈਂ ਵੇਖਿਆ ਅੱਖੀ ਵੇਖਿਆ ਅੱਜ ਮੈਂ 47 ਦੀ ਗੱਡੀ ਲਈ ਫਿਰਦੇ ਹੋ ਜੇ ਨਵੀਂ ਕਹਿਣ ਡਿਆ ਅੱਜ ਮੈਂ ਅੱਖੀ ਵੇਖ ਲਿਆ ਉਹ ਅੱਗੇ ਮੈਂ ਗੈਬ ਆਨਾ ਸੁੱਟੀ ਆ ਗੱਡੀ ਗੈਬ ਆਨਾ ਨਹੀਂ ਤੇਰਾ ਗੈਬ ਆਨਾ ਜਨਾਜ਼ਾ ਹੀ ਹੋਣਾ ਹੀ ਹੋਣਾ ਮੈਂ ਇਹਨੂੰ ਮੋੜ ਪਿੱਛੇ ਮੈਂ ਆਨਾ ਖੋਤੇ ਨੂੰ ਹੱਥ ਲਾ ਲੈ ਖੋਤੇ ਦਾ ਆਖਿਆ ਵਾ ਖੋਤੇ ਦਾ ਖੋਤਾ ਹੀ ਆ ਤੂੰ ਕੀ ਮੈਂ ਕਹਿੰਦਾ ਮਰ ਜਾਏਗਾ ਮੇਰੇ ਹੱਥੋਂ ਮੈਂ ਸਮਝਦਾ ਵਾਂ ਤੈਨੂੰ ਗੱਲ ਨੂੰ ਤੁਹਾਨੂੰ ਜ਼ਮੀਨਾਂ ਲੜਦੀਆਂ ਸਾਡੀਆਂ ਜ਼ਮੀਨਾਂ ਨਾ ਅਸੀਂ ਕਿਸੇ ਠੇਕੇ 'ਤੇ ਲਈਆਂ ਸਾਡੀਆਂ ਵੀ ਆਪਣੀਆਂ ਸਮਝਦਾ ਨਾ ਤੁਹਾਨੂੰ ਟਰੈਕਟਰ ਲੜਦੇ ਆ ਸਾਡੇ ਅਤੇ ਕਰੋ ਮੈਨੂੰ ਤੈਨੂੰ ਮੋਟਰਸਾਈਕਲ ਚੁੱਭਦੀ ਆ ਨਾ ਸ਼ਰਾਬਾਂ ਪੀਓ ਨਾ ਜੂਏ ਖੇਡੋ ਸ਼ਰਾਬਾਂ ਪੱਲਿਓ ਪੀਂਦੇ ਹਾਂ ਅਸੀਂ ਜੋ ਮਰਜ਼ੀ ਕਹੀਏ ਅੱਜ ਨਹੀਂ ਜਾ ਸਕਦਾ ਤੂੰ ਮੈਂ ਕਹਿੰਦਾ ਛੀਮਿਆ ਗੱਲ ਵੱਧ ਜਾਣੀ ਆ ਇਹ ਪਿੰਡ ਸਾਰਾ ਇਕੱਠਾ ਹੋ ਜਾਣਾ ਤੇ ਤਮਾਸ਼ਾ ਬਣ ਜਾਣਾ ਹੀ ਇੱਥੇ ਤੂੰ ਆਪ ਬਣਾਉਂਦਿਆ ਫਿਰ ਮੋਟਰਸਾਈਕਲ ਕਿਉਂ ਸੁੱਟੀ ਹੂ ਉਹ ਸੁੱਟੀ ਆ ਬਈ ਜਾ ਕਰ ਲੈ ਕੀ ਹੁੰਦਾ ਜੀ ਤੇਰੇ ਕੋਲ ਅੱਗੋਂ ਮਤਲਬ ਨਾਲੇ ਆਕੜ ਦਾ ਵੀ ਆ ਉਹ ਆਕੜਨਾ ਨਹੀਂ ਗਾ ਅਸੀਂ ਭੋਏ ਭਾਂਡੇ ਵਾਲਿਆਂ ਕਿਤੇ ਅਸੀਂ ਕੰਮੀ ਹਾਂ ਅਸੀਂ ਨਹੀਂ ਭੋਏ ਭਾਂਡੇ ਵਾਲੇ ਤੇ ਫਿਰ ਉਹ ਉਹਨੂੰ ਧੜਕੋ ਇੱਕ ਕਿਤੇ ਮੋਟਰਸਾਈਕਲ ਆ ਪੁਰਾਣੀ ਜੇ ਕਿਤੇ ਲਾਂਭੇ ਮਰੋ ਇਹਨੂੰ ਖੜੇ ਕਰੀ ਤੇਰੇ ਖੋਤੇ ਨੂੰ ਮਾਰਾਂਗਾ ਫਿਰ ਓਏ ਹੱਥ ਨਾ ਲਾਈ ਜਾਨਵਰ ਨੂੰ ਹੱਥ ਨਾ ਲਾਈ ਦੱਸ ਦਵਾਂ ਤੇਰਾ ਵੱਡਾ ਭਰਾ ਵਾ ਤੁਸੀਂ ਗਿੱਜੇ ਹੋ ਕਿਸੇ ਹੋਰ ਦੇ ਜਿੱਦਣ ਸਾਡੇ ਨਾਲ ਹੱਥ ਪੈ ਗਿਆ ਨਾ ਤੇ ਤੁਹਾਡੀਆਂ ਨਸਲਾਂ ਯਾਦ ਰੱਖਣਗੀਆਂ ਤੂੰ ਆ ਨਾ ਵੇਖ ਤੇ ਸਹੀ ਹੋਇਆ ਕੀ ਮੋਟਰਸਾਈਕਲ ਨਾਲ ਕੀ ਵੇਖਾ ਇੱਧਰ ਆ ਨਾ ਕੀ ਹੋ ਗਿਆ ਉਹਨੂੰ ਸਾਰੇ ਡੈਂਟ ਪਾਤੇ ਹੀ ਉਹ ਕਿਹੜੇ ਡੈਂਟ ਪਾਤੇ ਉਹਦੇ ਉਹ ਸਾਰਾ ਭਾਵੇਂ ਤੇਲ ਡੁੱਲ ਗਿਆ ਹੋਵੇ ਇੱਧਰ ਆ ਇਹਦਾ ਤੇਲ ਡੁੱਲ ਗਿਆ ਜਿਹੜਾ ਸਿਰ ਨੂੰ ਲਾਉਂਦੀ ਆ ਤੇਲ ਓਏ ਉਹ ਮੁਲਜ਼ਮ ਆ ਤੇਰਾ ਮੈਂ ਹੱਥ ਕੇ ਕਿੱਦਾਂ ਫੜਨ ਡਿਆ ਆ ਤੂੰ ਹਾਂ ਕਿ ਸੁੱਟੀ ਹੱਥ ਕਿੱਦਾਂ ਫੜਨ ਡਿਆ ਆ ਇੱਦਾਂ ਨਾ ਫੜ ਅਸੀਂ ਤੇਰਾ ਦੇਣਾ ਨਹੀਂ ਗਾ ਕੁਛ ਅਸੀਂ ਦੇਣਾ ਠੁੱਡੇ ਮਾਰਦਾ ਮੋਟਰਸਾਈਕਲਾਂ ਨੂੰ ਮਾਰਾਂਗੇ ਸੁੱਟਾਂਗੇ ਜਦੋਂ ਇਹ ਰਾਹ 'ਚ ਸੁੱਟਣੀ ਆ ਤੁਸੀਂ ਅੱਲਾ ਕੋ ਦੁਆ ਕਰ ਤੈਨੂੰ ਵੀ ਮਿਲੇ ਮਿਲੇਗੀ ਮੋਟਰਸਾਈਕਲ ਸਾਨੂੰ ਕੀ ਹੋ ਗਿਆ ਇਹਨੂੰ ਵੇਖ ਸਿੱਧੀ ਕਰ ਕਿਉਂ ਸਿੱਧੀ ਕਰਨਾ ਮੈਂ ਨਹੀਂ ਉਹ ਕਰਦਾ ਤੁਸੀਂ ਇੰਜ ਸੁੱਟ ਦਿੱਤੀ ਉੱਥੇ ਜਿਵੇਂ ਹਰਾਮ ਦੀ ਆ ਮੋਟਰਸਾਈਕਲ ਉਹ ਹਰਾਮ ਦੀ ਆ ਤੇ ਸਾਡੇ ਆਹ ਜਿਹੜੀ ਜ਼ਮੀਨ 'ਚੋਂ ਪਿਆ ਲੰਘਦਾ ਆ ਇਹ ਤੁਹਾਡੇ ਪਿਓ ਦਾ ਆ ਇਹ ਸਾਡੀ ਜ਼ਮੀਨ 'ਚੋਂ ਲੰਘਦਾ ਸੀ ਜਿੱਦਾਂ ਮਰਜ਼ੀ ਲੰਘੀਏ ਮੇਰੇ ਪਿਓ ਦਾ ਅਸੀਂ ਵੀ ਜਗ੍ਹਾ ਛੱਡੀ ਆ ਵਿੱਚੋਂ ਜਗ੍ਹਾ ਛੱਡੀ ਆ ਆ ਵੇਖ ਆ ਕੀ ਕੀਤਾ ਜੀ ਕੀ ਹੋ ਗਿਆ ਇਹਨੂੰ ਵੇਨਾ ਮੈਂ ਕਿਹੜੀ ਉਹਨੂੰ ਕਿਹੜੇ ਸ਼ੀਸ਼ੇ ਟੁੱਟ ਗਏ ਆ ਤੇਰੇ ਆ ਫੋਰਚੂਨਰ ਦੇ ਨਵੀਂ ਮੋਟਰਸਾਈਕਲ ਮੇਰੀ ਸਿੱਧੀ ਕਰ ਇਹਨੂੰ ਉਹ ਮੈਂ ਨਹੀਂ ਉਹ ਕਰਦਾ ਸਿੱਧੀ ਜਾਂ ਜਦ ਕੋ ਜੋ ਹੁੰਦਾ ਹੀ ਕਰ ਲਾ ਪਿਓ ਵੀ ਸਿੱਧੀ ਕਰੂਗਾ ਅੱਜ ਓਏ ਪਿਓ ਤੱਕ ਨਾ ਜਾਈ ਛੀਮਿਆ ਮੈਂ ਇੱਥੇ ਨਾ ਪਿਓ ਤੱਕ ਮੈਂ ਦਾਤਰੀ ਦੂਤਰੀ ਕੋਈ ਨਹੀਂ ਵੇਖਣੀ ਮੈਂ ਤੈਨੂੰ ਦੱਸ ਦਵਾਂ ਹਾਂ ਹਾਂ ਵੇਂਦਾ ਮੈਂ ਤੈਨੂੰ ਕਿਹੜਾ ਮੋਟਰਸਾਈਕਲ ਪਿਓ ਦਾ ਲਾਲ ਮੇਰੇ ਕੋਲ ਸਿੱਧੀ ਕਰਾਉਂਦਾ ਆ ਕਰ ਸਿੱਧੀ ਇਹਨੂੰ ਕਿਉਂ ਮੈਂ ਤੇਰਾ ਖੋਤਾ ਖੋਲ ਲੈਣਾ ਖੋਤੇ ਨੂੰ ਮੈਂ ਕਹਿੰਦਾ ਤੂੰ ਹੱਥ ਲਾ ਰੇੜੀ ਨੂੰ ਤੇ ਫਿਰ ਵੇਖੀ ਵੀ ਇੱਥੇ ਹੁੰਦਾ ਕੀ ਆ ਮੈਂ 15-20 ਵਾਰੀ ਪਹਿਲੇ ਹੱਥ ਲਾਇਆ ਨਹੀਂ ਹੁਣ ਲਾ ਉਦੋਂ ਤਾਂ ਮੈਂ ਗੌਰ ਨਹੀਂ ਕੀਤੀ ਮੈਂ ਇੱਕ ਵਾਰੀ ਫੇਰ ਲਾ ਦੇਣਾ ਫੇਰ ਲਾ ਕੇ ਵਿਖਾ ਜੇ ਪਿਓ ਦਾ ਵਾਂ ਤੇ ਖੋਤਾ ਪਲੀਤ ਆ ਤੇਰਾ ਹੱਥ ਨਾਲ ਲਾਈ ਚੁੱਕਾ ਪੀ ਗੱਡੀ ਮੈਂ ਨਹੀਂ ਉਹ ਚੁੱਕਦਾ ਇੱਧਰ ਆ ਮੈਂ ਤੈਨੂੰ ਦੱਸਾਂ ਘੇਰੀ ਨਾ ਆ ਮੈਨੂੰ ਮੈਂ ਤੈਨੂੰ ਦੱਸਾਂ ਅਸੀਂ ਡੰਗਰਾਂ ਨੂੰ ਪੱਠੇ ਧਾਰਾਂ ਕੱਢਣੀਆਂ ਤੇ ਲਾਂਭੇ ਹੋ ਜਾ ਮੇਰੇ ਕੋਲੋਂ ਤੂੰ ਕੱਲ੍ਹ ਦਾ ਦਿਨ ਨਹੀਂ ਵੇਖਣਾ ਮੈਨੂੰ ਲੱਗਦਾ ਕੱਲ੍ਹ ਦਾ ਦਿਨ ਕਿਉਂ ਚੜ੍ਹਨਾ ਨਹੀਂ ਗਾ ਕੱਲ੍ਹ ਦਾ ਦਿਨ ਵੇਖਣਾ ਕਿਉਂ ਨਹੀਂ ਗਾ ਲੱਗਦਾ ਤੂੰ ਹੁਣ ਆਈ ਮੋਤੇ ਮਰਨਾ ਮੇਰੇ ਇੱਥੋਂ ਛੀਮਿਆ ਅਸੀਂ ਥਾਣੇ ਕਚਹਿਰੀਆਂ ਨਾ ਵੇਖੇ ਹੀ ਉਹ ਸਮਝਿਆ ਨਾ ਥਾਣੇ ਕਚਹਿਰੀਆਂ 'ਚ ਕੀ ਸਮੋਸੇ ਵੇਚਦਾ ਫਰੂਟ ਚਾਟ ਵੇਚਦਾ ਉਹ ਜ਼ਿਮੀਦਾਰਾਂ ਦੇ ਬੱਚੇ ਹਾਂ ਅਸੀਂ ਅਸੀਂ ਅਨਾਜ ਵਾਸਤੇ ਨਾ ਆਪਣੀ ਜਾਨ ਦੇ ਦਾਂਗੇ ਪੜ੍ਹਾਈ ਇਹਦੇ 'ਚ ਆ ਵੀ ਇਹਨੂੰ ਚੁੱਕ ਕੇ ਸਿੱਧੀ ਕਰ ਯਾਰ ਤੂੰ ਨਾ ਇੱਥੇ 4 ਬੰਦੇ ਬੁਲਾ ਲਾ ਸੁੱਟੀ ਕਿੰਨੇ ਆ ਉਹ ਖੋਤੇ ਜਾਨਵਰ ਨੇ ਸੁੱਟੀ ਆ ਮੈਂ ਨਹੀਂ ਸੁੱਟੀ ਲੰਘਦਿਆਂ ਬੰਬ ਲੱਗ ਗਿਆ ਇਹ 'ਚ ਸਾਡਾ ਹੀ ਕਸੂਰ ਆ ਇਹ ਗੱਲ ਸ਼ਾਮ ਨੂੰ ਨਾ ਸਰਪੰਚ ਕੋਲ ਪਹੁੰਚ ਜਾਣੀ ਆ ਤੇ ਉੱਥੇ ਤੇਰਾ ਹੀ ਮੂੰਹ ਕਾਲਾ ਹੋਣਾ ਹੀ ਅੱਗੇ ਵੀ ਪਹਿਲੇ ਵੀ ਬਹੁਤ ਹੀ ਛੀਮਿਆ ਹਟ ਜਾ ਇਹ ਵਧਾਉਣ ਵੱਧ ਜਾਣਾ ਹੀ ਵਧਣ ਦੇ ਵਧਾਉਣ ਤੂੰ ਦਿਆ ਤੂੰ ਵਧਾਉਣ ਦੇ ਮੋਟਰਸਾਈਕਲ ਮੇਰੀ ਆਹ ਖਲੋਤੀ ਆ ਮੈਂ ਉੱਥੇ ਨਹੀਂ ਖਿਲਾਰੀ ਤੂੰ ਮਾਰੀ ਲੱਤ ਐਡਾ ਤੂੰ ਬਰੂਸ ਲਈ ਉਹ ਲੱਤ ਮਾਰੀ ਆ ਫਿਰ ਤੁਸੀਂ ਪੂਰਾ ਪਰਾਂ ਖੜੀ ਕਰੋ ਤੁਸੀਂ ਕਿਉਂ ਵਿੱਚ ਖੜੀ ਕਰਦੇ ਜੇ ਜ਼ਮੀਨ ਦੇ ਵਿੱਚ ਕਿੱਥੇ ਖਲੋਤੀ ਸਾਈਡ ਤੇ ਖਲੋਤੀ ਆ ਸਾਈਡ ਤੇ ਖਲੋਤੀ ਆ ਜਾ ਚੁੱਕਦਾ ਫਿਰ ਓਏ ਮੈਨੂੰ ਤੂੰ ਨਾ ਆ ਮੈਂ ਤੈਨੂੰ ਦੱਸਾਂ ਉਹ ਤੈਨੂੰ ਤੂੰ ਨਾ ਤੈਨੂੰ ਮੈਂ ਕਚਹਿਰੀਆਂ 'ਚ ਧੂਆਂਗਾ ਤੈਨੂੰ ਮੈਂ ਵੇਖਾਂਗਾ ਵੀ ਕੀ ਕਰਦਾ ਆ ਤੂੰ ਮੈਂ ਥਾਣੇ ਕਚਹਿਰੀਆਂ ਵੇਖੇ ਆ ਇੱਥੋਂ ਬਾਹਰ ਨਿਕਲ ਥਾਣਾ ਹੀ ਤੇ ਉਹ ਸਦਰ ਦੇ ਕੋਲ ਕਚਹਿਰੀਆਂ ਜਾ ਵੇਖ ਲਾ ਬੜੀ ਜਿਵੇਂ ਬੜੀ ਤੇਰੀ ਦੁਸ਼ਮਣੀ ਆ ਬਈ ਇਹਨੂੰ ਸਿੱਧੀ ਕਰ ਮੈਂ ਨਾ ਮੈਂ ਛੀਮਿਆ ਗਲੱਥੇ ਨਾ ਮਾਰ ਤੈਨੂੰ ਮਹਿੰਗੇ ਪੈਣੇ ਹੀ ਏ ਸਮਝਦਾ ਨਾ ਕਿੰਨੇ ਦੇ 5-5 ਹਜ਼ਾਰ ਦਾ ਪੈ ਗਿਆ ਮੈਨੂੰ ਗਲੱਥਾ ਸਮਝਦਾ ਨਾ ਹਾਂ ਜਾ ਚੁੱਕ ਜਦ ਕੋ ਚੁਕਾਉਣਾ ਹੀ ਉਹ ਫੇਰ ਫੜਦਾ ਮੈਂ ਕਹਿੰਦਾ ਛੀਮਿਆ ਹਟ ਜਾ ਰਾਹ ਨਾ ਡੱਕ ਮੇਰੀ
ਜਿੱਦਾਂ ਨਾ ਇੱਥੇ ਕੁਛ ਹੋ ਜਾਣਾ ਹੀ ਆ ਇੱਥੇ ਹੋਣਾ ਹੀ ਹੋਣਾ ਹੀ ਅੱਜ ਹਾਂ ਸਿੱਧੀ ਕਾਰ ਮੋਟਰਸਾਈਕਲ ਕੋਈ ਕਿੰਨੇ ਸਿੱਧੀ ਕਰਨੀ ਆ ਤੂੰ ਕਰ ਮੈਂ ਨਾ ਵੀ ਇੱਥੇ ਕਤਲ ਹੋ ਜਾਏਗਾ ਮੇਰੀ ਨੇ ਅਨਾਜ ਆਜਾਸ਼ਤ ਦਿੰਦੀ ਕਿ ਮੈਂ ਇਹਨੂੰ ਸਿੱਧੀ ਕਰਾਂ ਤੇ ਫਿਰ ਅੱਜ ਨਾ ਗਈ ਤੇਰੀ ਖੋਤੀ ਰੜੀ ਅੱਜ ਤੇਰੇ ਡੰਗਰ ਭੁੱਖੇ ਹੀ ਸੌਣਗੇ ਇਹ ਨਹੀਂ ਹੋ ਸਕਦਾ ਇੱਥੇ ਜਾਨ ਦੇ ਦਿਆਂਗੇ ਡੰਗਰ ਅੱਜ ਪੱਠੇ ਮੇਰੇ ਹੱਥੋਂ ਹੀ ਖਾਣਗੇ ਮੈਂ ਵੇਹਨਾ ਕੌਣ ਰੋਕਦਾ ਮੈਨੂੰ ਫਿਰ ਉਹੀ ਗੱਲ ਪਿੱਛੋਂ ਨਾ ਤੂੰ ਮੈਂ ਨਾ ਛਿਮਿਆ ਹਟ ਜਾ ਪਿੱਛੋਂ ਨਾ ਤੂੰ ਮੈਨੂੰ ਤੂੰ ਹੀ ਨਾ ਤੂੰ ਸਮਝਦਾ ਨਾ ਪਿੱਛੋਂ ਨਾ ਤੂੰ ਐਡਾ ਤੂੰ ਅਪਲਾਈਡ ਫਾਰ ਹੈ ਤੂੰ ਪਿੱਛੋਂ ਨਾ ਤੂੰ ਤੇਰੀਆਂ ਮੈਂ ਆਂਦਰਾਂ ਕੱਢ ਕੇ ਤੇ ਢੇਰੀ ਲਾ ਦੇਣੀਆਂ ਇੱਥੇ ਓਦਾਂ ਨਹੀਂ ਕੋਈ ਕੋਈ ਚੀਜ਼ ਲੈ ਲੈਂਦਾ ਨਾ ਪਿੰਡ 'ਚ ਤੁਹਾਡੇ ਨਾ ਫਿਰ ਤੌਰ ਹੀ ਬਦਲ ਜਾਂਦੇ ਵੀ ਖਰੇ ਨਾਲੇ ਕਿੱਥੋਂ ਲੈ ਲਈ ਆ ਹਾਂ ਕਿੱਥੋਂ ਲੈ ਲਈ ਆ ਆਪਣੀ ਮਿਹਨਤ ਕਰਕੇ ਲਈ ਮੋਟਰਸਾਈਕਲ ਸਾਡੇ ਕੋਲ ਮੋਟਰਸਾਈਕਲਾਂ ਦੀ ਕਮੀ ਆ ਦੋ ਟਰੈਕਟਰ ਖਲੋਤੇ ਆ ਇੱਕ ਤਾਂ 70,000 ਦੀ ਨਹੀਂ ਹੋਣੀ ਕਰੋੜਾਂ ਦੇ ਟਰੈਕਟਰ ਦੇ ਸਾਰੇ ਚੋਰੀ ਦੇ ਨਹੀਂ ਗੇ ਚੋਰੀ ਦੇ ਆ ਚੋਰੀ ਦੇ ਮਿਹਨਤਾਂ ਕੀਤੀਆਂ ਵਾ ਕਣਕ ਵੇਚੀ ਆ ਕਿਸੇ ਦੀ ਚੁੱਕੇ ਕਿਸੇ ਦੀ ਚੁੱਕੇ ਸਾਡੀ ਕਣਕ ਪੱਕ ਗਈ ਆ ਅਸੀਂ ਤਾਂ ਹੋਰ ਕੁਛ ਲੈਣਾ ਆ ਇਹਨੂੰ ਸਿੱਧੀ ਕਰੇਗਾ ਤਾਂ ਜਾਏਗਾ ਨਾ ਵਾ ਮੈਨੂੰ ਗੁੱਸਾ ਚੜਨ ਡਿਆ ਹੀ ਛਿਮਿਆ ਹਟ ਜਾ ਇਸ ਜੇਤ ਤੋਂ ਇਹ ਹੁਣ ਕਦੋਂ ਦੀ ਖੜੀ ਕਰ ਦੇਣੀ ਸੀ ਤੂੰ ਹੁਣ ਆਪਣੇ ਹੀ ਨਾ ਅੜਿਆ ਇਸ ਗੱਲ 'ਤੇ ਕਿਸ ਗੱਲ 'ਤੇ ਮੈਂ ਨਹੀਂ ਕਰਨੀ ਸਿੱਧੀ ਨਹੀਂ ਕਰਦਾ ਵੀ ਮੈਂ ਸਿੱਧੀ ਜਾ ਤੂੰ ਜਾ ਪੂਰੇ ਪਿੰਡ ਨੂੰ ਆਖ ਜਾ ਕੇ ਉੱਥੇ ਮੈਂ ਪੱਠੇ ਵੱਢਣ ਦਿਆ ਮੈਂ ਵੇਖਣ ਦਿਆ ਤੂੰ ਚੰਗਾ ਭਲਾ ਜਾਣ ਦਿਆ ਢੋਲੇ ਮਾਈਏ ਗਾਉਂਦਾ ਇਹਨੂੰ ਤਾਂ ਲੱਤ ਕਿਉਂ ਮਾਰੀ ਆ ਉਹ ਲੱਤ ਰਾਜ ਤੈਨੂੰ ਮੋਟਰਸਾਈਕਲ ਪੈ ਗਈ ਆ ਤੇਰੀ ਲੱਤ ਨੂੰ ਪੈ ਗਈ ਆ ਇਹ ਕਿਉਂ ਰਾਜ ਖਿਲਾਰੀ ਆ ਤੁਸੀਂ ਕਿਸੇ ਪੂਰੇ ਪਰੇ ਖਿਲਾਰੋ ਕਿਤੇ ਯਾਰ ਰਾਜ ਇੱਥੇ 36 ਨੰਗੀਆਂ ਖੋਤੀਆਂ ਰੇੜੀਆਂ ਟਰਾਲੀਆਂ ਦੇ ਤੇਰੀ ਇੱਕ ਤਾਂ ਰੇੜੀ ਐਡੀ ਵੱਡੀ ਆ ਐਡੀ ਵੱਡੀ ਆ ਤੂੰ ਕਿਆ ਕਰ ਲਾ ਤੇਰੇ ਕੋਲ ਜੋ ਹੁੰਦਾ ਈ ਹੈਲੋ ਓ ਤੂੰ ਨਾ ਮੈਨੂੰ ਮੈਂ ਵੇਹਨਾ ਆ ਤੈਨੂੰ ਤੂੰ ਕੀ ਵੇਹਨਾ ਕੀ ਵੇਹਨਾ ਪਿੱਛੇ ਹੋ ਜਾ ਛਿਮਿਆ ਪਿੱਛੇ ਹੋ ਜਾ ਡੰਗਰਾਂ ਮਾਲ ਪਸ਼ੂ ਮੈਂ ਧਾਰਾਂ ਕੱਢਣੀਆਂ ਜਾ ਕੇ ਮੁੜ ਜਾ ਮੈਨੂੰ ਜਾਣ ਦੇ ਅੱਜ ਨਾ ਕੱਢੀਆਂ ਤੂੰ ਧਾਰਾਂ ਅੱਜ ਤੇਰਾ ਦੁੱਧ ਜਿਹੜਾ ਨਾ ਜ਼ਾਇਆ ਹੀ ਹੋਏਗਾ ਮੈਂ ਵੇਹਨਾ ਆ ਕਿਹੜਾ ਰੋਕਦਾ ਆ ਮੈਨੂੰ ਤੂੰ ਇਹਨੂੰ ਮੋੜ ਆਇਆ ਨੂੰ ਉਹ ਇੱਧਰ ਨੂੰ ਮੋੜਨਾ ਆ ਇੱਧਰ ਨੂੰ ਮੋੜ ਮੈਂ ਕਹਿੰਦਾ ਛਿਮਿਆ ਮੁੜ ਜਾ ਉਹ ਮੈਂ ਕਹਿੰਦਾ ਤੂੰ ਉਹ ਇੱਧਰ ਹੋ ਜਾ ਪਰੇ ਹੋ ਜਾ ਗੋਗੇ ਉਹ ਬੇਜਮਾਨ ਉਹਦਾ ਕੀ ਕਸੂਰ ਆ ਪਰੇ ਹੋ ਜਾ ਪਿੱਛੇ ਹੋ ਜਾ ਛਿਮਿਆ ਮੁੜ ਜਾ ਪਿੱਛੇ ਹੋ ਜਾ ਮੈਨੂੰ ਜਾਣਦੇ ਪਿੰਡ ਮੈਂ ਧਾਰਾਂ ਕੱਢਣੀਆਂ ਜਾ ਕੇ ਤੂੰ ਜਿਹੜੀ ਵਨ ਵੀਲਿੰਗ ਕਰਨਾ ਨਾ ਖੋਤੇ ਦੀ ਮੈਨੂੰ ਲੱਗ ਗਿਆ ਪਤਾ ਓਏ ਇਹ ਨਹੀਂ ਜਾ ਸਕਦਾ ਇੱਥੋਂ ਤੈਨੂੰ ਮੈਂ ਕਹਿ ਦਿੱਤਾ ਜੀ ਛਿਮਿਆ ਮੁੜ ਜਾ ਜਿਹੜੀ ਚੰਗੀ ਨਹੀਂ ਹੁੰਦੀ ਉਹ ਮੋਟਰਸਾਈਕਲ ਸਿੱਧੀ ਕਰ ਤੇ ਚਲਾ ਜਾ ਕਿਉਂ ਮੈਂ ਨਹੀਂ ਉਹ ਕਰਦਾ ਮੋਟਰਸਾਈਕਲ ਸਿੱਧੀ ਅਤੇ ਫਿਰ ਪੁੱਠਾ ਕੰਮ ਕਿਉਂ ਕੀਤਾ ਜੀ ਉਹ ਕਿਹੜਾ ਪੁੱਠਾ ਕੰਮ ਹੋ ਗਿਆ ਰਾਜ ਖਲੋਤੀ ਸੀ ਅਤੇ ਉਹ ਮੇਰੇ ਕੋਲ ਲੱਤ ਵੱਜ ਗਈ ਇਹਦੇ 'ਚ ਕਿਹੜਾ ਕਿਹੜਾ ਹਰਜ ਵਾਲੀ ਗੱਲ ਹੋ ਗਈ ਉਹ ਟੈਂਕੀ ਨੂੰ ਡੈਂਟ ਪੈ ਗਿਆ ਨਾ ਤਾਂ ਕਿੰਨੇ ਸਿੱਧੇ ਕਰਾਉਣੇ ਆ ਅੱਗੇ ਆਪਣਾ ਨੁਕਸਾਨ ਭਰ ਫਿਰ ਅੱਗੇ ਬੜੀ ਅਪਲਾਈਡ ਫਾਰ ਸੀ ਨਾ ਉਹ ਨਾ ਭਾਈ ਇੰਜ ਨਹੀਂ ਤੈਨੂੰ ਜਾਣ ਦੇਣਾ ਕਿੰਨਾ ਨਹੀਂ ਜਾਣ ਦੇਣਾ ਮੈਂ ਓਏ ਤੇਰੀ ਭੁੱਲ ਆ ਓ ਤੇਰੀ ਵੀ ਭੁੱਲ ਆ ਦਾਤਰੀ ਪਿੱਛੇ ਕਰ ਲਾ ਸਮਝਦਾ ਨਾ ਇਹ ਮੇਰੀ ਦਾਤਰੀ ਕਈ ਦਿਨਾਂ ਤੋਂ ਲਹੂ ਮੰਗਦੀ ਆ ਲਹੂ ਮੰਗਦੀ ਆ ਇਹਨੂੰ ਕਮੇਲੇ ਲੈ ਜਾ ਲਹੂ ਮੰਗਦੀ ਆ ਤੇ ਤੇਰੇ ਜੋ ਲਹੂ ਵੀ ਨਹੀਂ ਨਿਕਲਣਾ ਲੁੱਕ ਨਿਕਲਣੀ ਲੁੱਕ ਗੰਦਾ ਤੇਲ ਛਿਮਿਆ ਹਟ ਜਾ ਜਿਹਦੇ ਨਾ ਪਾਓ ਤੈਨੂੰ ਪਤਾ ਮੈਂ ਜੇਦਾ ਬੜਾ ਭੈੜਾ ਆ ਜੇਦਾ ਤਾਂ ਤੂੰ ਬਹੁਤ ਭੈੜਾ ਅੱਠ ਅੱਠ ਦਿਨ ਮੂੰਹ ਨਹੀਂ ਧੋਂਦਾ ਐਡੇ ਜੇਦਾ ਭੈੜਾ ਤੂੰ ਮੈਂ ਇੱਥੇ ਗੁੱਸਾ ਚੜ ਗਿਆ ਨਾ ਤੇ ਇੱਥੇ ਰੰਗ ਹੋਰ ਹੋ ਜਾਣਾ ਸੀ ਡੇਰੇ 'ਤੇ ਤੂੰ ਨਾ ਉੱਥੇ ਮੋਟਰਸਾਈਕਲ ਸਿੱਧੀ ਕਰ ਲਾ ਅਤੇ ਜਾ ਕੀ ਗੱਲ ਆ ਸਿੱਧੀ ਕਰ ਮੋਟਰਸਾਈਕਲ ਕੌਣ ਕਰੇ ਸਿੱਧੀ ਇੱਥੋਂ ਨਾ ਕਤਲੋ ਗਾਰਤ ਹੋ ਜਾਂਦੇ ਆ ਅਤੇ ਮਫਰੂਰੀਆਂ ਕੱਟਣੀਆਂ ਪੈਂਦੀਆਂ ਹੀ ਇਸ ਕੰਮ 'ਚ ਅਤੇ ਮੁੜ ਜਾ ਮੈਂ ਆਹਨਾ ਵਾਂ ਵੀ ਅਨਾ ਦੇ ਵਿੱਚ ਨਾ ਮੇਰੀ ਇੱਥੇ ਭਾਵੇਂ ਧੌਣ 'ਤੇ ਦਾਤਰੀ ਫੇਰ ਦੇ ਹਾਂ ਇਹ ਨਹੀਂ ਉਹ ਮੋਟਰਸਾਈਕਲ ਨਹੀਂ ਉਹ ਸਿੱਧੀ ਕਰਨੀ ਜੋ ਕੁਛ ਮਰਜ਼ੀ ਹੋ ਜਾ ਅਤੇ ਤੂੰ ਲਾਂਭੇ ਹੋ ਜਾ ਰੇੜੀ ਤੋਂ ਪਿੱਛੇ ਹੋ ਥੱਲੇ ਹੋ ਤੂੰ ਥੱਲੇ ਹੋ ਜਾ ਨਹੀਂ ਉਹ ਅੱਜ ਤੇਰਾ ਮੈਂ ਖੋਤਾ ਖੋਲ੍ਹ ਲੈਣਾ ਖੋਤਾ ਕਿਸ ਹਿਸਾਬ 'ਚ ਖੋਲ੍ਹੇਗਾ ਮੋਟਰਸਾਈਕਲ ਵਾਲੇ ਹਿਸਾਬ 'ਚ ਉਹ ਕਿਉਂ ਤੂੰ ਸੁੱਟੀ ਨਹੀਂ ਮੈਂ ਤੇਰਾ ਨਿਬੜਦਾ ਜਿਹੜਾ ਮੈਨੂੰ ਪੱਠਾ ਜੱਥਾ ਕਰ ਆਉਣ ਦੇ ਨਾ ਮੈਂ ਨਹੀਂ ਜਾਣ ਦੇਣਾ ਅੱਜ ਉਹ ਤੁਸੀਂ ਹੈ ਕੀ ਹੋ ਤੁਸੀਂ ਭਾਰ ਚੱਲਣਾ ਉਹ ਐਡਾ ਸਾਡਾ ਭਾਰ ਚੱਲ ਸਕਦੇ ਹੋ ਤੁਸੀਂ ਐਡਾ ਹਾਸ਼ੂ ਖਾਂ ਨਾ ਬਣ ਤੂੰ ਇਹ ਕੱਲ ਕੁੱਤਾ ਪਿਆ ਸੀ ਤੇ ਤੈਨੂੰ ਘਰ ਲਾ ਕੇ ਆਇਆ ਵਾ ਹਵੇਲੀ ਤੱਕ ਐਡਾ ਕਿ ਤੂੰ ਬਹਾਦਰ ਆ ਹਾਂ ਨਾ ਐਡਾ ਬਹਾਦਰ ਤੂੰ ਕਿਤੇ ਮੈਨੂੰ ਪਤਾ ਜੀ ਬੱਤੀ ਬੰਦ ਕਰੀਏ ਤਾਂ ਡਰਨ ਲੱਗ ਪੈਂਦਾ ਡਰਨ ਲੱਗ ਪੈਂਦਾ ਹਨੇਰੇ ਹੀ ਡਰਨਾ ਤੂੰ ਐਡਾ ਤੂੰ ਕਿਤੇ ਤੈਨੂੰ ਜਿਹੜੇ ਜਿਹੜਾ ਇਸ਼ਤਿਹਾਰੀ ਆ ਨਾ ਤੂੰ ਮੈਨੂੰ ਪਤਾ ਆ ਆਹ ਛੱਡ ਵਾਗਾਂ ਛੱਡ ਇਹ ਨਹੀਂ ਉਹ ਛੱਡਣੀਆਂ ਫਿਰ ਅੱਜ ਮੈਂ ਅੱਜ ਵਾਗ ਫੜਾਈ ਮੈਂ ਲੈਣੀ ਲੈਣੀ ਤੇਰੇ ਕੋਲ ਮੋਟਰਸਾਈਕਲ ਸਿੱਧੀ ਕਰ ਆ ਅਤੇ ਜਾ ਕਰ ਇਹ ਨਹੀਂ ਹੋਣਾ ਪਿੱਛੇ ਰਹਿ ਫਿਰ ਅਤੇ ਫਿਰ ਇਹ ਵੀ ਨਹੀਂ ਹੋਣਾ ਇਹ ਤੁਹਾਡੇ ਵੀ ਡੰਗਰ ਭੁੱਖੇ ਹੀ ਮੰਨਣਗੇ ਸਮਝਦਾ ਨਾ ਜਿੱਦਾਂ ਤੁਸੀਂ ਮੈਂ ਪੱਠੇ ਛੱਡ ਆਇਆ ਹਾਂ ਘਰ ਥੋੜ੍ਹੇ ਬਹੁਤੇ ਡੰਗਰਾਂ ਜੋਗੇ ਮੈਂ ਆਹਨਾ ਵਾ ਛਿਮਿਆ ਜਿਹਦੇ ਨਾ ਪਾਓ ਇੱਥੋਂ ਨਾ ਤੇਰੀ ਲਾਸ਼ ਹੀ ਜਾਣੀ ਹੂੰ ਲਾਸ਼ ਜਾਣੀ ਆ ਤੂੰ ਜਿਹੜਾ ਪੋਸਟਮਾਰਟਮ ਕਰਨਾ ਲਾਸ਼ ਦਾ ਇੱਥੇ ਮੈਂ ਰੱਖੀ ਜਗ੍ਹਾ ਤੇਰੇ ਵਾਸਤੇ ਇੱਥੇ ਹੀ ਤੈਨੂੰ ਦੱਬ ਛੱਡਣਾ
मेरी भी जेद तू आप कर ला तू की तेन की गल है समझदा तेन मैं दसा सानू ये चीज ना सिखा साढ़े प्यो दादे यही काम करते रहे वेले और ताड़े प्यो दादियां दियां जड़ियां जमीना ही ना मैनू पता है चल इनू कह फिर सीधा कर दे तू नहीं करना सारा एक किला जमीन है मरबे वाले ताड़े टावर है इनू ब्रेक ला मैं तेनू कह दिया जा उतर जा हन डंगे पठियां दा ना टाइम होया ही तारा कढ़नियां आ ते छीमिया मुड़ जा रा ना डक मेरा अज ना निकली आई खून दियां ही तारा निकल गईयां तेरियां ओए ओ खलार इथे ओ तैनू मैं कहड़ा खलार छीमिया मुड़ जा मुड़ जा मुड़ जा तू इनू मोड़ इनू मोड़ ए जेदिया तेरी जेदिया आओ हैं आ मोड़ इधर आ चल उधर मोड़ इनू कल जमील दी गड्डी नूं चरीटां पाईआं पिंड मैं उहनूं अजे पता नहीं जमील दी गड्डी नूं मैं जिहड़े दंद मारते आ तुसीं राज दे खिलार नूं हटदे नहीं जे वाजद दी गड्डी नूं वी कल तूं ठुड मारिआ आ चल खिलार इनू तो जो नुकसान आ भार है जाता नहीं तू अज इंज नहीं घर जाता अज के चल कर सीधी वजह बिला वजह तू ना मैनू समझदा ना तू ना मैं मैं हमने अपने भरावां नूं फोन करना तो इतने तेरा उन्होंने कीमा घर छड़ना ही नहीं मैं तो कल्ला ही जमया ही ना दुनिया से कल्ला ही आया कल्ला ही है मेरे पिछे बड़े यार दोस्त है एक फोन करना है मेरे पिछे पट्ठे ही आ एदे च जाना तू मैं तैनूं धक्का दित्ता ट्रालियां भर के हुण बंदियां दे आ जाणियां ते तू लभणा नहीं आ ट्रालियां भर के मेला तेरा ट्रालियां भर के आ जाणियां चल कर सीधा इहनूं कौन तू की समझदा कराला जिहदे कोल हुंदी आ वी मैं ते नहीं ओह करदा इह जिन्ना मैं तेरे हत्थों पाई होया ना मैनूं घर जा के तीन वारी नहाउणा पैणा ही तीन वारी नहाउणा पैणा है तेनूं हाँ चल कर सीधी ओ कोई नहीं करना ओ करनी क्यों नहीं तू क्यों नहीं करता देख ला ना लड़ो यार ना लड़ो की हो गया इन्हें मोटरसाइकिल छोड़ दी मेरी ठोड मार के पंगे ला मैं भी बड़े गल पी फिर गल माड़ी होनी लड़ाई कर लैन फिर सीधी हाथ तू भी क्यों हाथ लफा ओए की धक्के ना मार इत्थे होर जंग छिड़ जानी आ वे आ डेंट पाता ही आ नवी मोटरसाइकिल नूं डेंट पाता ही वाह जी वाह डिग्गी मक्खी भार आ ते सेंटर च डेंट पै गया जरा लाई इहनूं स्टैंड ते हुण वेखां मैं की इहदा टुटा टुट गया स्टैंड भी तोड़ता इधर छोटा स्टैंड भी टुट गया इसे गल ते मैं स्टैंड लै लैणा इशारे भी नवे टुट गए इशारे कित्थे ही ओ केड़े इशारे बड़ी चंगी भली है हुण तुसीं शोरूम तो लियाए हो अगली ब्रेक भी टुट गई है हुण तू कर दित्ता ना फिर 70,000-80,000 दा नुकसान ते करता है मैं धक्का मारिया वा के इट लै के पै गया गड्डी नूं पिछली लाइट भी गई मिट्टी दसन डई आ 5 साल हो गए लाइट लवाई नूं मिट्टी ते डिगी टफट लगी पैलियां च ਧੜਕੋ ਇੰਨੀ ਜ਼ਿਮੀਦਾਰਾ ਕਰਦੇ ਜੇ ਇੱਕ ਗੱਡੀ ਨਹੀਂ ਧੜਕੋ ਨਵੀਂ ਲਈ ਗਈ ਤੇ ਡਬੀ ਕੀ ਤੂੰ ਸੁੱਟ ਕੇ ਉਹਦਾ ਬੇੜਾ ਗਰਕ ਕਰ ਛੱਡਿਆ ਇਹ ਅੱਜ ਹੀ ਸਾਰਾ ਬੇੜਾ ਗਰਕ ਹੋ ਗਿਆ ਇਹਦਾ ਮਾੜੀ ਜਿਹੀ ਹੁੱਜ ਮਾਰਨ ਉਹ ਖਲੋ ਜਾ ਰਹਿਮਾਨ ਐਵੀਂ ਖਾਜ ਦਾ ਗਵਾਹ ਡੱਡੂ ਨਾ ਬਣ ਗੱਲ ਨੂੰ ਨਾ ਚੁੱਕ
ਨਹੀਂ ਉਦਾਂ ਹੀ ਤੁਹਾਡੇ ਕੋਲ ਨਾ ਕਿਸੇ ਦੀ ਚੀਜ਼ ਬਰਦਾਸ਼ਤ ਹੀ ਨਹੀਂ ਹੁੰਦੀ। ਆਵੇ ਆ ਨਵੀਂ ਮੋਟਰਸਾਈਕਲ ਮਿੱਟੀ ਨਾਲ ਭਰਤੀ ਉਹ ਸਾਰੀ। ਇਹ ਹੁਣ ਸਾਰਾ ਜ਼ਿੰਮੇਦਾਰੀ ਮੇਰੀ ਖੜੀ ਆ, ਤੁਸੀਂ ਲਾਂਬੇ ਖੜੀ ਕਰਦੇ ਤੇ ਨਾ ਕੁਛ ਹੁੰਦਾ। ਉਹ ਵੇਖਣ ਦੇ, ਉਹ ਪੱਠੇ ਵੱਢਣ ਦੇ ਉੱਥੇ ਸਾਰੇ। ਚੱਲ ਭਾਈ ਹੁਣ ਮੈਂ ਇਹਨੂੰ ਕਦੇ ਉਰਾਂ ਪਰਾਂ ਖੜੀ ਕਰੋਂਗੇ ਨਾ ਤੇ ਹੋ ਜੂ ਸਾਰਾ ਕੁਛ। ਨਹੀਂ ਤੇ ਇਹਦੇ ਹੁਣ ਮੇਰਾ ਪਿਓ ਪੁੱਛੇਗਾ ਵੀ ਇਹਦਾ ਕੀ ਨੁਕਸਾਨ ਤੇ ਮੈਂ ਕਿਹਨੂੰ ਦੱਸਾਂਗਾ, ਦੱਸ ਮੈਨੂੰ ਮੈਂ ਕੀ ਕਵਾਂਗਾ। ਮਸਲਾ ਆ 10,000 ਦੀ ਕੋਈ ਗੱਲ ਨੀ ਹੈਗੀ, ਜਿਹੜੀ 4 ਦਿਨ ਮਿਸਤਰੀ ਨੇ ਖਿਲਾਰਨੀ ਉੱਥੇ। ਉਹ ਨਹੀਂ ਜਿਹੜਾ ਚਲੋ ਭਾਅ ਵੀ ਆ ਗਿਆ ਹੁਣ, ਭਾਅ ਜਿਹੜੀ ਗੱਲ ਹੁਣ ਇਸ਼ਾਰਾ ਟੁੱਟ ਗਿਆ। ਉਹ ਬਜ਼ੁਰਗ ਆਦਮੀ ਆ ਤੇ ਹੁਣ ਇੰਜਨ, ਇਹ ਤੇ ਇੰਜਨ ਤੇਲ ਵੀ ਮੇਰੇ ਤੇ ਪਾਈ ਜਾਂਦੇ ਹੁਣ, ਇਹਦੀ ਟਿਊਨਿੰਗ ਵੀ ਮੈਂ ਖਰਾਬ ਕੀਤੀ ਆ। ਭਾਈ ਕਿਹੜਿਆ ਵੇਲਿਆਂ ਦੀ ਗੱਡੀ ਤੁਸੀਂ ਰੱਖੀ ਆ? 10,000 ਇਹ ਹੀ ਆ ਭਾਅ, ਅੱਧੇ ਮੈਂ ਦੇ ਦੇਣਾ, ਅੱਧੇ ਦੇ ਦੇਵੇ, ਇਹ ਤੇ ਹੋ ਸਕਦਾ ਨਾ। ਚਲੋ ਇੰਜ ਗੱਲ ਮੁੱਕ ਜੇ। ਓਏ ਆਹੋ ਤੂੰ, ਮੈਂ ਅੱਧੇ ਕਿਸੇ ਤੇ, ਤੁਸੀਂ ਸਾਲ ਹੋ ਗਿਆ ਕੰਮ ਨਹੀਂ ਕਰਾਇਆ ਤੇ ਮੈਂ ਕਾਹਦਾ ਅੱਧ ਦੇਣਾ ਹੈ? ਉਹ ਤੇ ਤੂੰ ਲੱਤ ਮਾਰੀ, ਤੂੰ ਖਾਨਾ ਖਰਾਬ ਕੀਤਾ। ਉਹ ਲੱਤ ਮਾਰੀ ਆ ਮੋਟਰਸਾਈਕਲ ਦੇ ਕਲੇਜੇ 'ਚ ਵੱਜ ਗਈ ਲੱਤ। ਤੇਰੇ ਨਾਲ ਤਾਂ ਖੋਤਾ ਚੰਗਾ ਵਾ, ਉਹਨੇ ਨਹੀਂ ਕਦੀ ਲੱਤ ਮਾਰੀ, ਤੂੰ ਮਾਰਤੀ ਆ। ਲੱਤ ਵੱਜ ਗਈ ਆ ਉਹਦਾ, ਕਦੇ ਪਿੱਤਾ ਪਾਟ ਗਿਆ ਗੱਡੀ ਦਾ। 5,000 ਦੇ ਦੇ ਫਿਰ। ਕਿਹੜਾ 5,000? ਉਹ ਭਾਅ ਨੇ ਹੁਣ ਫੈਸਲਾ ਕਰਤਾ ਵਾ, ਉਹ ਝੂਠ ਬੋਲਣ ਦਿਆ। ਸਿਆਣਾ ਬਿਆਣਾ ਬੰਦਾ ਪਿੰਡ ਦਾ ਤੇ ਝੂਠ ਬੋਲਣ ਦਿਆ ਵਾ? ਉਹ ਜਾਣਾ ਮਾਰ ਛਿਮਿਆ, ਹੋ ਜਾਣਾ ਮਾਰ ਤੇ ਜਾ ਕੇ ਹੁਣ ਫਿਰ ਹੁਣ ਨੁਕਸਾਨ ਕਿਹਨੇ ਭਰਨਾ ਇਹਦਾ? ਕਿਹੜਾ ਨੁਕਸਾਨ ਹੋ ਗਿਆ ਵਾ? ਉਹ ਤੇ ਟੁੱਟ ਗਿਆ, ਸਾਰੇ ਟੁੱਟ ਗਿਆ। ਕਰਾਓ ਸਹੀ ਆਪੇ ਇਹਨਾਂ ਨੂੰ। ਕਿੱਧਰ ਕਰਾਓ ਅਸੀਂ ਕਿੱਧਰ ਕਰਾਈਏ? ਲੱਤ ਤੂੰ ਮਾਰੀ ਤੇ ਠੀਕ ਮੈਂ ਕਰਾਵਾਂ? ਇਹ ਤਾਂ ਜਾਂ ਤੇ ਐਕਸੀਡੈਂਟ ਹੋਵੇ, ਬੰਦਾ ਕਹਿੰਦਾ ਹਾਦਸਾ ਹੋਇਆ, ਇਹਨੇ ਜਾਣ ਕੇ ਲੱਤ ਮਾਰੀ ਆ। ਹਾਂ ਤੈਨੂੰ ਪਤਾ ਲੱਗ ਗਿਆ, ਤੁਸੀਂ ਤੇ ਆਪਣੇ ਰੁੱਝੇ ਸੀ ਉੱਥੇ। ਦੁਸ਼ਮਣੀ ਲੜਾਈ ਝਗੜੇ ਚ ਕੁਛ ਨੀ ਹੈਗਾ, ਨਸਲਾਂ ਤਬਾਹ ਹੋ ਜਾਂਦੀਆਂ। ਭਾਅ ਜੀ ਉਹ ਫੈਸਲਾ ਕਰ ਦੇਵੇ। ਚੱਲ ਭਾਅ ਤੂੰ ਦੱਸ ਦੇ ਕਿੰਨੇ ਪੈਸੇ ਇਹਦੇ ਹੋਣੇ? ਮੈਂ ਕਹਿੰਦਾ ਯਾਰ ਜਿਹੜਾ ਨਾ ਜ਼ਿਆਦਾ ਨੁਕਸਾਨ ਨਾ ਪਾਓ, ਹਾਂ ਘੱਟ ਪਾ। ਚਲੋ 4,000 ਦੇ ਦੇ। ਚੱਲ 4,000 ਹੋਰ ਲੈਸ ਕਰਤੀ। ਚੱਲ ਆ ਕਣਕਾਂ ਜਿਹੜਾ ਨਿਦਰੀਆਂ ਹੁੰਦੀਆਂ ਨਾ, ਹਾਂ ਤੇ ਰੁਪਈਆ ਮੈਂ 1,200 ਦਊਂਗਾ ਤੁਹਾਨੂੰ ਬਸ। ਕਿੰਨਾ? 1,200 ਰੁਪਈਆ? ਉਹ ਹੋਰ ਹੁਣ ਮੈਂ ਤੈਨੂੰ ਮੋਟਰਸਾਈਕਲ ਨਵੀਂ ਕਢਾ ਦਿਆਂ। ਨਹੀਂ ਉਹਨੇ 4 ਕਹਿਤਾ ਵਾ। ਚੱਲ ਤੂੰ ਇੰਝ ਕਰ 3,500 ਦੇ ਦੇ। ਚੱਲ ਜਾ ਲੈਣਾ ਤੁਹਾਡਾ 3,500 ਨਾਲ 4,000 ਰੁਪਈਆ ਦਊਂਗਾ ਮੈਂ, 1,100 ਆਹੋ ਫਿਰ ਜਿੰਨੀ ਜਿਹਦਾ ਹੋ ਕੀ ਗਿਆ ਮੈਨੂੰ ਇਹ ਤਾਂ ਦੱਸ। ਸਦੀਆਂ ਦੇ ਤੂੰ ਕਿਤੇ ਧੁਆਈ ਆ, ਆ ਗੋੜੇ ਗੋੜੇ ਮਿੱਟੀ ਚੜੀ ਆ ਗੱਡੀ ਓਏ। ਇਹਦੇ ਅੱਜ ਮੈਂ ਧੋ ਕੇ ਨਵੀਂ ਕਰੀ ਕਰੋ। ਆ ਤਾਂ ਛੱਡ, ਇਹ ਮੈਂ ਛੱਡਾਂ ਤੂੰ ਦੌੜ ਰਿਹਾ? ਚੋਰਿਆ ਮੈਂ ਚੋਰੀਆਂ ਤੇ ਹੋਰ ਕੀ ਆ, ਇਦਾਂ ਡੱਕਿਆ ਆ। ਜਾ ਤੇਰੇ ਕੋਲ ਜਿਹੜਾ 1,200 ਵੀ ਮੰਨਿਆ ਸੀ ਨਾ, ਅਸੀਂ ਪਹਿਲੇ ਇਸ ਕੰਮ 'ਚ ਖਾਨਦਾਨ ਸਾਰਾ ਗਵਾ ਬੈਠੇ ਹਾਂ ਤੇ ਜਾਣਦੇ ਇਸ ਗੱਲ ਨੂੰ। ਖਾਨਦਾਨ ਤੁਸੀਂ ਦੁਸ਼ਮਣੀਆਂ ਪਾਉਣੀਆਂ ਤੇ ਵੱਡੇ ਹੀ ਜਾਣਾ, ਜੇ ਇੱਕ ਰਹਿ ਗਿਆ ਤੂੰ ਮੇਰੇ ਹੱਥੋਂ ਮਰ ਜਾਏਗਾ। ਕੌਣ ਤੂੰ ਹੋਰ ਕੌਣ? ਹਵਾਲਦਾਰ ਨਾ ਬਣ, ਇਹਨੂੰ ਛੱਡ ਮੈਨੂੰ। ਹਵਾਲਦਾਰ ਜੇ ਕਤਰਾ ਨੀਗਾ ਮੈਂ, ਜਿਹੜਾ ਮੈਨੂੰ ਤੂੰ ਫੜਿਆ ਆ। ਰੁਪਈਆ 1,100 ਮੰਨਿਆ ਨਾ ਤੇ ਦੇ ਫਿਰ, ਦੇ ਦਾਂਗੇ ਇੱਥੇ ਹੀ ਆ। ਅੱਜ ਨਹੀਂ ਭਲ ਕੇ 6 ਮਹੀਨਿਆਂ ਸਾਲ ਨੂੰ ਦਵਾਂਗੇ ਨਾ ਕਦੋਂ? ਮੈਂ ਤੁਹਾਡੀਆਂ ਨਸਲਾਂ 'ਚੋਂ ਵੀ ਪੈਸੇ ਕਢਾ ਲੈਣੇ, ਮੈਂ ਤੁਹਾਨੂੰ ਦੱਸ ਦਿਆਂ। ਨਸਲਾਂ 'ਚੋਂ ਕਢਾਉਣੇ ਹੀ ਨਾ ਤੇ ਜਾ ਫਿਰ ਕਢਾਉਂਦਾ ਜਾ। ਮੈਂ ਵੇਖ ਮੇਰੀ ਗੱਲ ਸੁਣ, ਇਹ ਹੁਣ 4 ਦਿਨ ਰਹਿਣੀ ਮਿਸਤਰੀ ਕੋਲ। ਮੈਂ 1,100 ਮੰਨਿਆ ਸੀ ਨਾ। ਉਹ ਮੇਰੀ ਗੱਲ ਸੁਣ ਭਾਈ, 1,100 ਖਾਣਾ ਬਾਣਾ ਮੈਂ ਤੈਨੂੰ ਦੱਸਾਂ ਹੀ। 1,100 ਮੰਨਿਆ ਨਾ ਮੰਨਿਆ ਤੇ ਉਹ ਵੀ ਤੂੰ ਮੇਰੇ ਕੋਲ ਲੈ ਕੇ ਵਹਾ। ਮੇਰੀ ਗੱਲ ਸੁਣ, ਇੰਝ ਹੀ ਜਾਣਾ ਹੀ ਆ, ਤੈਨੂੰ ਮੈਂ ਦੱਸ ਦਿਆਂ। ਆ ਦਾਤਰੀ ਪਿੱਛੇ ਕਰ ਲਾ ਤੇਜ਼ ਹੀ ਹੈ, ਤੇਜ਼ ਤੇਰੇ ਵਾਸਤੇ ਕਰਾਈ ਆ ਮੈਂ ਅੱਜ। ਮੇਰੀ ਗੱਲ ਸੁਣ, ਇਹ 4 ਦਿਨ ਮਿਸਤਰੀ ਕੋਲ ਰਹਿਣੀ ਆ। 4 ਦਿਨ ਹੁਣ ਮਿਸਤਰੀ ਕੋਲ ਰਹੇਗੀ, ਤੇਰਾ ਖੋਤਾ ਮੇਰੇ ਕੋਲ ਰਹੇਗਾ ਬਸ। ਕਿੱਦਾਂ? ਮੈਂ ਨਹੀਂ ਪੱਠੇ ਪੁੱਠੇ ਲਿਆਉਣੇ, ਮੈਂ ਹੱਥ ਲਾ ਤੂੰ ਓਏ ਲਾ ਖੋਤੇ ਨੂੰ ਹੱਥ। ਓਏ ਚਲੋ ਲਾ ਖੋਤੇ ਨੂੰ ਹੱਥ, ਮੈਂ ਪਿਓ ਲੱਗਿਆ ਮੇਰਾ ਜੇ ਹੱਥ ਲਾਵੇਂ ਖੋਤੇ ਨੂੰ। ਲੈ ਤੂੰ ਅੱਜ ਤੋਂ ਬਾਅਦ ਮੈਨੂੰ ਪਿਓ ਕਹਿਣਾ ਹੀ। ਓਏ